अस्सलाम वालेकुम तमाम दोस्तों नु वेलकम करना जन सुफयान जैद ते आज है जी शबे मेराज ते कब्रिस्तान में उंडियो ने रात भी हो लगी है ये रात आना शाम हो गई है माशा पढ़ता है ना एक साढ़े घर के नाल फोतकी हो गई सी ते उत्थे जनाजा पढ़ते हैं फिर नमाज पढ़ी है ते फिर हुन कब्रिस्तान गए सा ते आओ हुन कब्रिस्तान जाना है बल्कि आओ चलने हैं कब्रिस्तान जी ते ਅਸਾਂ ਕਬਰਸਤਾਨ ਪਹੁੰਚੇ ਹਾਂ ਬੱਤੀਆਂ ਛੱਤੀਆਂ ਲਾ ਲੱਗੇ ਹਾਂ ਅਤੇ ਇਹ ਮੇਰੇ ਦਾਦਾ ਬੁੱਢੀ ਵੱਡੇ ਦਾਦਾ ਵਿੱਚ ਕਬਰ ਹੈ ਸਾਡੇ ਘਰ ਹੁੰਦੇ ਸਨ ਅਤੇ ਇਹ ਸਾਰਿਆਂ ਨੂੰ ਪੱਲਣ ਮੜਿਆ ਪੋਤ ਬੁੱਢੀਆਂ ਨੇ ਨਾਲ ਵਾਲੇ ਭਰਾ ਦੀ ਚਲੋ ਅਤੇ ਮੈਂ ਲੱਗਿਆ ਵਾਂ ਬੱਤੀਆਂ ਲਾਉਣ ਚਸ਼ਮੀਰ ਵੀ ਲੱਗੇ ਲਾਈਆਂ ਨੇ ਸਨ ਬੱਤੀਆਂ ਅਗਰਬੱਤੀਆਂ ਦੋਵੇਂ ਚੀਜ਼ਾਂ ਲਾਈਆਂ ਅਗਰਬੱਤੀਆਂ ਤਾਂ ਬੱਤੀਆਂ ਕੱਪੜਾਂ ਲਿਆ ਦੇਣ ਅੱਪੜ ਨਹੀਂ ਲਾਏ ਦੀਆਂ ਨਾ ਕੋਲ ਦੂਰ ਦੂਰ ਲਾਏ ਦੀਆਂ ਅੱਗ ਗੱਲ ਸ਼ਹਿ ਕੱਪੜਾ ਤੂੰ ਅਤੇ ਮਾਸ਼ਾ ਅੱਲਾ ਸ਼ਬੇ ਬਰਾਤ ਹੈ ਰਾਤੀ ਮਲ ਸ਼ਹਿ ਲਿਖਣੀ ਹੈ ਰਾਤੀ ਮਸਜਿਦ ਵੀ ਜਾਣਾ ਨਮਾਜ਼ ਅਸ ਪੜ੍ਹਦੇ ਫਿਰ ਇਬਾਦਤ ਕਰਨੀ ਹੈ ਅਤੇ ਇਹ ਜੀ ਸਾਡੀ ਕਬਰਸਤਾਨ ਹੈ ਕਿਹੜੇ ਤਾਂ ਲਾ ਲਗੇ ਅਤੇ ਤੱਕੋ ਤੁਸੀਂ ਮੈਂ ਖਲੋਤੇ ਮੈਂ ਚਸ਼ਮੀਰ ਲਾ ਲਗੇ ਪਾ ਤੇ ਝੂਲੇ ਲੱਗੀ ਸੀ ਤਾਂ ਬਸ ਨਹੀਂ ਸਨ ਖਲੋਨੀਆਂ ਅੱਗ ਬੁੱਝ ਜਾਂਦੀ ਸੀ ਕਹਿ ਲਾਈਏ ਨਾਲ ਅਗਰ ਅਗਰਬੱਤੀ ਵੀ ਲਾਈਏ ਸਾਰਾ ਕੁਛ ਮਾਸ਼ਾ ਅੱਲਾ ਤੇ ਚਸ਼ਮੀਰ ਦੂਸਰੇ ਕਬਰਸਤਾਨ ਆ ਗਿਆ ਇਹ ਜੀ ਮਿੱਟੇ ਆਇਆ ਮੇਰੇ ਮੇਰੇ ਦਾਦਾ ਫੋਟੋ ਸੁਣਦਾ ਪਹਿਲਾਂ ਦੱਸਿਆ ਜੂਡਾਂ ਦੇ ਅੱਬੂ ਦੀ ਕੱਪੜ ਹੈ ਅਤੇ ਇਹ ਜਿਹੜੇ ਨੇ ਇਹ ਮੇਰੇ ਤਾਂ ਜਿਹੜੇ ਦੱਸਿਆ ਸੀ ਲੰਡ ਪਹਿਲੇ ਦੂਸਰੇ ਵਲੋਗ ਵਿੱਚ ਮੈਂ ਵੱਡੇ ਦਾਦਾ ਵੀ ਕੋਠੀਆ ਉਹਨਾਂ ਦੇ ਅੱਬੂ ਅਤੇ ਉਹਨਾਂ ਦੇ ਭਰਾ ਨੇ ਇਹ ਦਾਦਾ ਬੂ ਦੀ ਮੇਰੇ ਅੰਮੀ ਮਾਸ਼ਾ ਅੱਲਾ ਕਬਰਸਤਾਨ ਹੈ ਇੱਥੇ ਸਾਡੇ ਰਿਸ਼ਤੇਦਾਰਾਂ ਦੇ ਵੀ ਹੈ ਅਤੇ ਹੋਰ ਵੀ ਹੈ